ਜੀ ਗਰਲਾ ਚੱਲ ਪਹਿਲਾ ਸਕੋਰ ਜੋਗੀਆਂ ਦੇ ਸੇ ਜੀ ਚੱਲ ਪਿਆ ਚੱਲ ਪਿਆ ਵਾਹ ਬਈ ਵਾਹ ਲੈ ਵੀ ਯਾਰ ਇੱਕ ਵਾਰੀ ਤਾੜੀ ਮਾਰ ਦੋ ਆ ਦੋਨੋਂ ਟੀਮਾਂ ਦੇ ਲਈ ਬੜੀਆਂ ਤਕੜੀਆਂ ਟੀਮਾਂ ਨੇ ਜਿਹੜੀ ਟੀਮ ਆ ਗਈ ਦਰਸ਼ਕ ਵੀਰੋ ਸਟੇਜ ਵਾਲੇ ਪਾਸੇ ਆ ਬਾਰੇ ਕਹਿੰਦੀ ਟੀਮ ਇੱਕ ਮੰਨੀ ਪਰਮੰਨੀ ਟੀਮ ਆ ਦਿਲਪ੍ਰੀਤ ਗਿੱਲ ਸਾਡਾ ਵੀਰ ਵਸਦਾ ਕੈਨੇਡਾ ਦੇ ਵਿੱਚ ਉਹ ਟੀਮ ਨੇ ਵੱਡਾ ਥਾਪੜਾ ਲਾਇਆ ਟੀਮ ਨੂੰ ਬੜਾ ਵੱਡਾ ਹੌਸਲਾ ਵੱਡੀ ਸਪੋਰਟ ਆ ਜਿਹੜੀ ਟੀਮ ਦੇ ਲਈ ਬਈਆਲ ਦਾ ਜੰਟੀ ਖੇਡ ਰਿਹਾ ਹੈ ਔਰ ਜੰਟੀ ਦੇ ਖੱਬੇ ਪਾਸੇ ਆ ਸਾਰੇ ਕਾ ਪਿੰਡ ਹੈ ਦੋ ਨੰਬਰ ਤੇ ਅਵਰੇ ਚੌਧਰੀ ਮੁੰਡੇ ਦਾ ਤਜਰਬਾ ਬੜਾ ਖੇਡ ਵਾਲੀਬਾਲ ਦਾ ਤੇ ਨਾਲ ਸੱਜੇ ਪਾਸੇ ਚੱਲਦੇ ਛੋਟੂ ਮਾਜਰੇਵਾਲ ਤੇ ਲਾਈਵ ਹੈ ਨਹੀਂ ਕੋਈ ਵੀਰੇ ਸੱਜਣ ਦਾ ਸ਼ਤੀਰ ਵਾਲੀ ਪਿੰਡ ਹੈ ਨਿੱਟ ਤੇ ਰੇਸ਼ਮ ਖੇਡਦਾ ਨਾਲ ਜੱਗਾ ਬਾਈ ਮੋਨੀ ਹੋਣੀ ਤੇ ਨਾਲ ਮੈਂ ਤੱਕਦਾ ਵੀ ਕਾਲਾ ਖੇਡਦਾ ਪਿੱਧਰਲੇ ਪਾਸੇ ਬਾਰੇਕਾਂ ਦੀ ਟੀਮ ਦੇ ਲਈ ਬੜਾ ਟਾਪ ਦਾ ਸੈੱਟ ਬਣਿਆ ਹੈ ਤੇ ਦੂਜੇ ਪਾਸੇ ਸੈਂਟਰ 'ਚ ਜਿਹੜਾ ਖਿਡਾਰੀ ਖੇਡਦਾ ਹੈ ਇਹ ਹੈ ਕਦੇ ਅੱਜ ਵੀ ਢਾਕੇ ਦੇ ਪਿੰਡ ਦਾ कमाल कर दिती है सुरेश है चुबर भी कले वाल नहीं बढ़ाए जाने मेरी है मैं बंदे भी बढ़ाए बड़े ने कले वाल नहीं बढ़ाए जाने मेरी है आओ मैं बंदे भी बढ़ाए बड़े ने यह गल चौड़िया ने नौजवान मैच बड़ा चोटी का इन्होंने कहते जोगी वाली ने पहलियां च नंबर जोड़ के अपने इरादे जेड़े वो साफ कर दिते नौजवान ये कोई शक नहीं विकास वर्गे एक वड्डे मल ने साडी खेड वालीबाल दे वड्डी टक्कर मेरे मित्रों भी गड्डे आए नैट पईआं ने वंडियां बाहर बैठे लोकी गल्लां करदे आओ टीमां दोनों चंगियां कौन मारू शाटा किहड़ा करूगा डिफेंस अज डिग डिग के जित गई खेडू बुरज भलाई की टीम मैच भी बड़ा चोटी सॉरी जी ग्राउंड नंबर तीन जित गई ਉਹ ਖੇਡ ਬੁਰਜ ਭਲਾਈ ਦੀ ਟੀਮ ਦੇ ਨਾਲ ਇੱਕ ਚੋਟੀ ਦਾ ਮੈਚ ਆ ਨੌਜਵਾਨ ਮੁੰਨਿਆ ਆਓ ਮਿੱਤਰਾ ਕਮਾਲ ਹੋਣੀ ਹੈ ਮੇਲਾ ਵੱਡਾ ਮੇਰੇ ਮਿੱਤਰੋ ਖੇਡਦੇ ਗਰਾਊਂਡ ਦੇ ਵਿੱਚ ਔਰ ਸਾਹਮਣੇ ਨੰਬਰ ਇੱਕ ਹੋਰ ਜਿਹੜਾ ਜੋਗੀ ਵਾਲੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ ਜੋਗੀ ਵਾਲੀ ਮੁੰਡੇ ਵੀ ਹੈ ਮਿਹਨਤ ਵੱਡੀ ਕਰਦੇ ਨੇ ਆ ਆਓ ਸਾਹਮਣੇ ਕਮਾਲ ਦਾ ਨੰਬਰ ਮੁੰਡਿਆਂ ਨੇ ਇੱਕ ਹੋਰ ਜਿਹੜਾ ਜੋੜ ਦਿੱਤਾ ਆਪਣੀ ਟੀਮ ਦੇ ਲਈ ਹੈ ਵੀ ਕਿਉਂ ਆਪਣੇ ਮੱਥੇ ਤੇ ਆ ਸਾਨੂੰ ਨਾਜ ਨਹੀਂ ਹੁੰਦਾ ਕਿਉਂ ਨਫ਼ਰਤ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ ਤੇ ਟੌਰ ਕਿਸੇ ਦੀ ਦੇਖ ਦੇਖ ਕੇ ਖਿੱਚਦੇ ਨਹੀਂ ਹੁੰਦੇ ਆ ਬਈ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਆ ਆਓ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਆ ਜਿਹੜੇ ਮਿਹਨਤ ਕਰਦੇ ਆ ਤੇ ਦੁਨੀਆਂ ਦੇ ਸਾਹਮਣੇ ਆਉਂਦੇ ਆ ਜ਼ਰੂਰ ਹੈ ਲੈ ਵੀ ਪੁਆਇੰਟ ਸਾਂਝੇ ਕਰਦੀ ਬੱਲੇ ਕਿੰਨੇ ਕਿੰਨੇ ਹੋ ਗਏ ਇੱਕ ਵਾਰੀ ਨੰਬਰ ਆਪਾਂ ਕਰ ਦਈਏ ਸਾਂਝੇ ਕਿੰਨੇ ਕਿੰਨੇ ਹੋ ਗਏ ਆ ਰਾਹੁਲ ਹੈ ਇੱਕ ਪਾਸੇ ਮੈਂ ਤੱਕ ਰਿਹਾ ਅਸ਼ਵਨ ਵਰਗੇ ਮੁੰਡੇ ਖੇਡ ਰਿਹਾ ਹੈ ਔਰ ਨੈੱਟ ਦੇ ਕਦੇ ਨਿਸ਼ਾਂਤ ਖੇਡਦਾ ਮੇਰੇ ਮਿੱਤਰੋ ਬੜੀ ਚੋਟੀ ਦੀ ਟੀਮ ਜਿਹੜੀ ਹੈ ਬਣ ਕੇ ਆਈ ਹੋਈ ਹੈ ਦੋਨੋਂ ਟੀਮਾਂ ਕਹਿੰਦੇ ਬਰਾਬਰੀ ਦੀਆਂ ਟੀਮਾਂ ਨੇ ਪਰਲੇ ਪਾਸੇ ਪੰਜ ਆ ਜੀ फैसले हो जाणगे फैसले अधूरे जित दे ना रहणगे तकड़ा मैच मित्रो पड़ाके दे पूरे पैणगे कदे मारदे वी डंग गंडोए जां भड़प बई है आओ नित्तर नागा तो खड़प्पे सप बई है वाह बई वाह लै वी बई एक बार यार जोगी वाली है चुबर वाली है ताड़ी ना मार दो यार जोरदार नंबर छे मुंडिया ने पहले जोड़ दिते अपनी टीम के लिए भी रन जितने नु सूरमा हर दम रहे तैयार ओदी जित हमेशा दोस्तो आओ जेड़ा पहला करजे बाहर ओदी जित यकीनी दोस्तो जेड़ा पहला करजे बाहर उधर कहते माजरे वाला छोटू आया होया वो मैल खुर दे नवाब दे रिकॉर्ड तोड़न नु फड़दा ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਵੀ ਚਾਲਟ ਪਾਉਣ ਨੂੰ ਫਿਰਦਾ ਬਹੁਤ ਧੰਨਵਾਦ ਜੀ ਪਰ ਮੈਂ ਤੇ ਇਧਰ ਬੜਾ ਜਾਣਦਾਰ ਆ ਇਧਰ ਮੈਨੂੰ ਲੱਗਦਾ ਵੀ ਸੱਤ ਹੋ ਗਏ ਗਗਨ ਗਗਨ ਬਹੁਤ ਬਹੁਤ ਧੰਨਵਾਦ ਬਾਈ ਸਟਾਰ ਭੇਜਣ ਵਾਸਤੇ ਜੀ ਖਾਤਾ ਨਹੀਂ ਖੁੱਲਿਆ ਅਨੁਜ ਭਰਾ ਦਾ ਬਹੁਤ ਬਹੁਤ ਧੰਨਵਾਦ ਸਟਾਰ ਭੇਜਣ ਵਾਸਤੇ ਜੀ ਖਾਤਾ ਨਹੀਂ ਖੁੱਲਿਆ ਬਈ ਹੋਰ ਵੀ ਜਿਹੜੇ ਭਰਾ ਸਟਾਰ ਕੀ ਕਹਿੰਦੇ ਆ ਵੀ ਉਹਨਾਂ ਨੇ ਕਿਸੇ ਕੋਲੇ ਭੇਜ ਦਿਓ ਜ਼ਰੂਰ ਸਟਾਰ ਵੀਰੇ ਲੋਕਾਂ ਨੂੰ ਦੱਸਣਾ ਪੈਣਾ ਨਹੀਂ ਉਹ ਹਾਰ ਦਾ ਹਲੇ ਤੇ ਜੱਟ ਆਓ ਪੂਰਾ ਕੈਮ ਹੈ ਪਹਿਲਾਂ ਮੋਟਰਸਾਈਕਲ ਜਿੱਤਿਆ ਵਾਲੀਬਾਲ ਦਾ ਤੋ ਲੋਕਾਂ ਨੂੰ ਦੱਸ ਮਿੱਤਰਾਂ ਵੀ ਅਸੀਂ ਕੀ ਚੀਜ਼ ਹੈ ਚੱਕ ਕਰੀ ਇਤਿਹਾਸ ਆਓ ਕਿੰਨੇ ਯਾਰ ਬੰਦੇ ਖਾਸ
किन्ने पुन किन्ने पाप झगड़ा हो गया चौधरी बोलने की लोड़ कोई ना साडे बल्ले रिकॉर्ड बोल रहे है आ कहते रेशमा जी ने हुण पॉइंट का वाधा कर दिता अपनी टीम के लिए पहला नंबर हुण ਕਿਹੜੇ ਖਿਡਾਰੀ ਨੇ ਜੋੜਨਾ ਆਪਣੀ ਟੀਮ ਦੇ ਲਈ ਦੂਜਾ ਲਾਈ ਮੁੰਡੇ ਵਾਲਾ ਬਾਲੀਵਾਲ ਛੋਟੇ ਪੰਜਾਬ ਨੇ ਆਇਆ ਹੋਇਆ ਵੀ ਪਿੰਡੇ ਪਹਿਲੇ ਹੀ ਬਹੁਤ ਦੂਰ ਆਈ ਫਿਰਦੇ ਆ ਜੇ ਕਿਤੇ ਕੋਈ 19 ਕੀ ਗੱਲ ਹੋ ਗਈ ਆ ਗੱਲ ਜਿਹੜੀ ਟਿਕਾਣੇ ਨਹੀਂ ਲੱਗਣੀ ਹੈ ਪਹਿਲਾ ਨੰਬਰ ਕੌਣ ਜੋੜਦਾ ਸੱਜਣ ਦੀ ਟੱਕਰ ਆ ਕਦੇ ਪੰਜਾਬ ਵਾਲੇ ਸੁਧੀਰ ਦੇ ਨਾਲ ਚੌਂਟੀ ਦਾ ਪੇਚਾ ਰਾਮਕੋਟ ਵਾਲੇ ਆ ਲੰਬੇ ਲੰਬੇ ਵਾਲੇ ਦੇ ਨਾਲ ਮੁੰਡੇ ਦਾ ਵੀ ਤੋੜ ਕੋਈ ਨੀ ਚੱਲਦੇ ਟਾਈਮ ਦਾ ਇੱਕ ਵਧੀਆ ਖਿਡਾਰੀ ਬਣ ਗਿਆ ਮੁੰਡਾ ਔਰ ਨੰਬਰ ਮੁੰਡੇ ਨੇ ਜਿਹੜਾ ਸਿਰੇ ਦਾ ਜੋੜ ਦਿੱਤਾ ਆਪਣੀ ਟੀਮ ਦੇ ਲਈ ਵੀ ਐਵੇਂ ਨਾ ਜਿੰਦੇ ਮਾਨ ਬਹੁਤਾ ਦੌਲਤਾਂ ਦਾ ਕਰੀਏ ਤੇ ਬੋਲੀਏ ਨਾ ਬੋਲ ਮੰਦਾ ਰੱਬ ਕੋਲੋਂ ਕਰੀਏ ਉਹ ਮੂੰਹੋਂ ਨਿਕਲੀ ਗੱਲ ਨਾ ਮੂੰਹ ਚ ਪੈਂਦੀ ਹੈ ਤੇ ਜਦੋਂ ਬੰਦਾ ਪੈਰ ਛੱਡ ਜੇ ਉਹ ਗੱਡੀ ਚੜ੍ਹੀ ਉਸ ਮਨ ਨੂੰ ਡਿੱਗ ਪੈਂਦੀ ਹੈ ਬਈ ਜਦੋਂ ਬੰਦਾ ਪੈਰ ਛੱਡ ਜੇ ਮੈਨੂੰ ਗੱਡੀ ਚੜ੍ਹੀ ਉਸ ਮਨ ਨੂੰ ਡਿੱਗ ਪੈਂਦੀ ਜਦੋਂ ਬੰਦਾ ਪੈਰ ਛੱਡ ਜੇ ਇੱਧਰ 7 ਹੋ ਗਿਆ ਮਿੱਤਰਾਂ 7-0 ਹੋ ਗਿਆ ਵੀਰੇ ਚੰਡੀਗੜ੍ਹ ਬਹੁਤ ਦੂਰ ਹੈ ਮਿੱਤਰਾਂ ਲਾਓ ਸਾਹਮਣੇ ਗਰਾਊਂਡ ਦੇ ਅੰਦਰ ਵਾਟਾਂ ਮੁੱਕਣ ਚ ਨਹੀਂ ਆਉਣੀਆਂ ਇੱਕ ਗੱਲ ਯਾਦ ਰੱਖੀ ਵੀ ਆ ਲਾਓ ਸਾਹਮਣੇ ਸ਼ੋਟੂ ਦਾ ਮੈਚ ਚੱਲ ਰਿਹਾ ਬਾਈ ਦੁਨੀਆ ਕਾਲਾ ਕਾਲਾ ਜੰਮੀ ਹੈ ਇਹਦੀ ਵੀ ਬੜੀ ਚੜ੍ਹਾਈ ਹੈ ਨੌਜਵਾਨ ਆ ਬਾਬੇ ਦੀ ਕਿਰਪਾ ਵੀ ਤੇ ਮੇਰੇ ਵਰਗੀ ਹੈ ਲਾਓ ਸਾਹਮਣੇ ਮੈਚ ਬੜਾ ਸ਼ਾਨਦਾਰ ਹੈ ਗਰਾਊਂਡ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਬਈਏ ਵਾਲੇ ਨੇ ਮੇਰੇ ਮਿੱਤਰੋ ਆਓ ਸਰਵਿਸ ਕਰਨ ਲਈ ਗੱਭਰੂ ਤਿਆਰ ਆ ਮੇਰੇ ਮਿੱਤਰਾਂ ਚੋਟੀ ਦਾ ਮੈਚ ਆ ਲਓ ਖੇਡ ਗਰਾਊਂਡ ਦੇ ਵਿੱਚ ਮੈਚ ਬੜਾ ਜਾਨਦਾਰ ਆ ਨੰਬਰ ਪਹਿਲੇ ਜੋੜਨ ਦੀ ਭਾਲ ਦੇ ਵਿੱਚ ਆ ਮੁੰਡੇ ਜੇ ਨੰਬਰ ਪਹਿਲਾ ਜੁੜ ਗਿਆ ਤੇ ਮਿੱਤਰਾਂ ਫੇਰ ਵੇਖੀ ਜਾ ਕੇ ਦੂਰੀ ਬਹੁਤ ਤੈਅ ਮੁੰਡੇ ਕਰਨਗੇ ਇੱਕ ਗੱਲ ਜਿਹੜੀ ਪੱਕੀ ਆ ਲਓ ਸਾਹਮਣੇ ਮੈਚ ਬੜਾ ਜਾਨਦਾਰ ਪੰਜਾਬੇ ਦਾ ਸੁਧੀਰ ਆਇਆ ਹੋਇਆ ਆ ਮੁੰਡਾ ਵੀ ਖਿਲਰੀਆਂ ਦੇ ਮੇਲੇ ਦਾ ਇੱਕ ਸਾਲ ਦਾ ਵਾਸ਼ ਮਸ਼ੀਨ ਦਾ ਜੇਤੂ ਹੈ ਉਹ ਸਾਰੇ ਚਿਹਰੇ ਵਾਲੀ ਪਰਮਣੇ ਦੀ ਸੋਡੋ ਸੈਮੀ ਪਹੁੰਚ ਗਿਆ ਵੀਰੇ ਜਿਹੜੇ ਸੰਗਰੂਰ ਦੇ ਵਿੱਚ ਗੱਲਾਂ ਹੋਈਆਂ ਨੌਜਵਾਨਾਂ ਮਾਸਟਰ ਸਾਹਿਬ ਦੇ ਇਲਾਕੇ ਦੇ ਅੰਦਰ ਪਰ ਖੇੜਾ ਮੁੰਡਾ ਸੈਂਟਰ ਦੇ ਵਿੱਚ ਖੜਾ ਲੈ ਵੀ ਕੌਣ ਜਿੱਤ ਗਿਆ ਪਰਲੇ ਪਾਸੇ ਸਹਾਰਨਪੁਰ ਜਿੱਤ ਗਈ ਜੀ ਲੈ ਵੀ ਆ ਗਏ ਗਰਾਊਂਡ ਨੰਬਰ 1 ਦੇ ਵਿੱਚ ਸਹਾਰਨਪੁਰ ਵਾਲਿਓ ਆਓ ਮੇਰੇ ਵੀਰ ਬਣ ਕੇ ਸਹਾਰਨਪੁਰ ਯੂਪੀ ਦੀ ਟੀਮ ਗਰਾਊਂਡ ਨੰਬਰ 1 ਦੇ ਵਿੱਚ ਆ ਗਏ ਬੁਰਜ ਭਲਾਈ ਦੀ ਟੀਮ ਦੇ ਨਾਲ ਪਹਿਲਾ ਜਿਹੜਾ ਸੈਮੀ ਮੈਚ ਖੇਡਿਆ ਜਾਵੇਗਾ ਇਹ ਟੀਮਾਂ ਦੇ ਖਿਡਾਰੀ ਵੀਰ ਗਰਾਊਂਡ ਨੰਬਰ 1 ਦੇ ਵਿੱਚ ਆ ਜਾਣ ਮੇਰੀ ਬੇਨਤੀ ਹੈ ਬੁਰਜ ਭਲਾਈ ਔਰ ਸਹਾਰਨਪੁਰ ਯੂਪੀ ਦਾ ਮੁਕਾਬਲਾ ਖੇਡਿਆ ਜਾਊਗਾ ਦੇਖ ਲਓ ਮੇਰਾ ਵੀਰ ਜਿਵੇਂ ਤੁਹਾਡੀ ਸਹਿਮਤੀ ਉਹਦਾ ਫਿਰ ਜੇ ਇੱਕ ਦੇ ਕਰਾਉਂਦੇ ਆ ਫੇਰ ਬਿੱਲੇ ਉਨੀਆਂ ਦੇ ਮੈਚ ਜ਼ਿਆਦਾ ਲੰਬੇ ਫਿਰ ਅਮਨਾ ਫੁੱਲੇ ਵਾਲੀ ਤੇ ਨਾਲ ਗੱਗੀ ਫੁੱਲੇ ਵਾਲੀ ਆ ਉਹ ਸਾਡੇ ਦੋਨੋਂ ਵੀਰ ਆਏ ਆ ਉਹਨਾਂ ਨੂੰ ਦਿਲੋਂ ਧੰਨਵਾਦ ਆ ਸਾਡੀ ਜ਼ਿੰਦਗੀ ਦੇ ਮਾਣ ਆ ਤੇ ਨਾਲ ਕਰ ਦੋ ਸ਼ੇਰ ਬਹੁਤ ਤਕੜਾ ਮੈਚ ਆ ਬਰੋਈ ਉਹ ਸਾਡੇ ਵੀਰ ਆ ਨੰਬਰ ਕਹਿੰਦੇ ਲਗਾਤਾਰ ਦੋ ਜੁੜ ਗਏ ਇੱਧਰ ਆਹ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਬਾਕੀ ਮੈਚ ਬੜਾ ਮੈਚ ਬਣੂਗਾ ਜੇ ਗੱਲ ਪੱਕੀ ਆ ਵੀਰੇ ਇੱਕ ਤੇ ਲਾਈਵ ਵੀਰੇ ਨਹੀਂ ਹੁੰਦੇ ਮੈਚ ਇੱਥੇ ਆਉਣਗੇ ਸਾਰੇ ਮੇਰੇ ਹਾਂ ਬਾਈ ਆਓ ਸਾਹਮਣੇ ਵੇਖ ਕੇ ਦੋਹੇ ਸੈਮੀ ਤੇ ਫਾਈਨਲ ਇੱਥੇ ਹੋਣਗੇ ਵੀਰੇ ਇੱਕ ਗਰਾਊਂਡ ਦੀ ਕਮੇਟੀ ਕਹਿਣ ਅਨੁਸਾਰ ਗਰਾਊਂਡ ਦੇ ਅੰਦਰ ਤਕੜਾ ਮੈਚ ਆ ਜੂਨ 84 ਦੀ ਚਰਚਾ ਜਿਹੜੀ ਹੁੰਦੀ ਹੈ ਖੇਡ ਮੈਦਾਨ ਦੇ ਅੰਦਰ ਵੀ ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼ ਦਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ ਵਿਸਥਾਰ ਨਾਲ ਦੱਸੋ ਪਿਆਰੇ ਬੱਚੇ ਆ ਪੁਲਿਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ ਖੜੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ ਅੱਜ ਦੇ ਜਵਾਕਾਂ ਨੂੰ ਆਓ 84 ਭੁੱਲ ਗਈ ਖੜੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ ਅੱਜ ਦੇ ਜਵਾਕਾਂ ਨੂੰ 84 ਭੁੱਲ ਗਈ ਜੂਨ 1984 ਯਾਦ ਰਹਿਣਾ ਨਾ ਜਾਣਾ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਜੀ ਖਾਲਸਾ ਜਿਹੜੀ ਪੱਕੀ ਹੈ ਉਹ ਵੀ ਇਸੇ ਇਲਾਕੇ ਦਾ ਮਾਣ ਹੈ ਰਹਿੰਦੀ ਤੱਕ ਉਹਨਾਂ ਦਾ ਨਾਂ ਰਹਿਣਾ ਲਓ ਸਾਹਮਣੇ ਮੁੰਡਾ ਸਰਵਿਸ ਕਰਨ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਔਰ ਨਾਲ ਹੀ ਵੇਲੇ ਸਹੀ 2 ਵਜੇ ਵੀਰ ਕਹਿੰਦੇ ਪ੍ਰਸ਼ਾਦਾ ਪਾਣੀ ਬਿਲਕੁਲ ਮਸਤਾਨਾ ਕਰ ਦਿੱਤਾ ਜਾਣਾ ਵੀਰੇ ਜੇਕਰ ਕੋਈ ਵੀਰ ਰਹਿੰਦਾ ਤੇ ਜ਼ਰੂਰ ਪ੍ਰਸ਼ਾਦਾ ਪਾਣੀ ਛਕ ਲਓ ਮੇਰਾ ਵੀਰ ਸਹੀ 2 ਵਜੇ ਵੀਰ ਸਾਡੇ ਕਹਿ ਰਹੇ ਨੇ ਵੀ ਲੰਗਰ ਪ੍ਰਸ਼ਾਦਾ ਪਾਣੀ ਜਿਹੜਾ ਬੰਦ ਕਰ ਦਿੱਤਾ ਜਾਵੇਗਾ ਜੀ ਬਾਕੀ ਸਹੀ 2 ਵਜੇ ਵੀਰ ਕਹਿੰਦੇ ਵੀ ਲੰਗਰ ਪਾਣੀ ਲੰਗਰ ਜਿਹੜਾ ਉਹ ਮਸਤਾਨਾ ਕਰ ਦਿੱਤਾ ਜਾਵੇਗਾ ਇੱਕ ਗੱਲ ਦੱਸੋ ਵੀਰੇ ਯਾਰ ਜੇ ਅੱਜ ਦਾ ਲੰਗਰ ਦਾ ਪ੍ਰਬੰਧ ਵਧੀਆ ਲੱਗਿਆ
हालांकि हर एक प्रबंधकी कमेटी अपना जोर पूरा लाउंदी है मेले नूं वधिया सफल बनाउण दे विच पर नथुके वाले भरावां ने कमाल ओए बाल ओए मुंडिया 3-7 हो गए वीरे आओ सियाणे कहिंदे वी नवां 9 दिन पुराना 100 दिन भी नंबर दस दे गुरलाल किन्ने किन्ने हो गए है चार तगड़ा मुकाबला खेडा जा रहा दोनों टीमों के दरमियान तीन ते उधर सत्त तीन ते सत्त दी खेल खेडी जा रही है चार सत्त हो गए वीरे भाई परले पासे खेल लो इधर ना खेडो यार वीर बन के गल आए हैं वीरे प्रबंधक की कमेटी करा लो भाई यार दूसरा सैमी भी हले अपने को एक मैच होर पिया तीन तो चार मैच पाए वीरे तीन मैच तो पक्की पाए भरा बन के बेनती है वीर आओ जी इधर बुरज भलाई बिंदी सहारनपुर यूपी की टीम आओ जी एक नंबर ग्राउंड के क्योंकि हले भाई एक मैच होर पिया सैमी इतने लास्ट क्वार्टर खेडा जा रहा है हाँ जी लास्ट क्वार्टर एक सैमी पिया फिर जाके कितने फाइनल हो हाँ जी हाँ जी आए हैं भीरे हरे चैनल ये बैठे है ठीक है ना आओ भीरे यार एक नंबर ग्राउंड चाहो भाई जी आ रहे हो जल्दी दे नाल सहारनपुर यूपी की टीम दे बुरज भलाई है नहीं नहीं भीरे क्वार्टर मैच है जी क्वार्टर लास्ट है पहला सैमी खेडण दे लई मैं बेनती करदा दोनों टीमों के खिलाड़ियों नूं सहारनपुर यूपी की टीम और बुरज भलाई बिंदी जिले मानसा की टीम इन्हां खिलाड़ियों नूं मेरी बेनती है ग्राउंड नंबर एक जा रहे हो वीरे सैमी खेडण दे लई है जिहड़ी टीम जित गई है एक वड्डे प्राइज ते जिहड़ी मोहर लग जाणी है और इधरले पासे जोगी आउंदी है टक्कर बड़ी वड्डी है बड़ा लंबा इक ते लाई वालीबाल छूड़ी पंजाब आ वीरे एक दूजे दीआं खूबियां खामियां ये सब चंगी तरह जानदे ने आ आओ बईयाल दे जोंटी ने ट्राई कीती है बाला कहिंदे पंजाबे दे सुधीर ते चोपर लाउण नूं फिरदा है पर पंजाबे वाला भी है कहिंदे चंगे उस्तादां दा चंडिया होया है वी भरिया जे होवे गीजा ते चैणेवाल दा मैच इहनां ही जेतू नाल आऊ सैमी वीरे दी कोई इत्थे जे नहीं पल्ले ਢੇਲਾ ਹੁੰਦਾ ਤੇ ਬਹਿ ਕੇ ਪੈਰਾਂ ਵਿੱਚ ਸਿੱਖੇ ਅਸਲੀ ਉਹ ਚੇਲਾ ਹੁੰਦਾ ਸਿਰ ਦੇ ਵਿੱਚ ਵੱਜੇ ਸਦਾ ਜੋ ਉਸੇ ਨੂੰ ਸਾਜ ਕਹਿੰਦੇ ਤੇ ਜੀਤੋ ਗੁੜ ਲਈਏ ਕਾਕਾ ਉਹਨੂੰ ਉਸਤਾਦ ਕਹਿੰਦੇ ਆ ਆਓ ਜੀਤੋ ਚੱਲ ਪੈਣਾ ਲਾਈ ਵੀਰੇ ਉਹਨੂੰ ਉਸਤਾਦ ਕਹਿੰਦੇ ਆ ਵੀਰ ਜੀ ਬੁਰਜ ਭਲਾਈ ਬਿੰਦੀ ਦੀ ਟੀਮ ਦੇ ਖਿਡਾਰੀ ਆ ਜਾਣ ਮੈਂ ਬੇਨਤੀ ਕਰਦਾ ਬਿੰਦੀ ਆਓ ਵੱਡੇ ਬਾਈ ਖੇਡੋ ਮੈਚ ਗਰਾਊਂਡ ਨੰਬਰ ਇੱਕ ਸਹਾਰਨਪੁਰ ਯੂਪੀ ਦੀ ਟੀਮ ਜਿਹੜੇ ਰਹਿੰਦੇ ਆ ਖਿਡਾਰੀ ਉਹ ਵੀ ਆ ਜਾਣ मेरी बेनती है जी ਵਾਲੀਬਾਲ ਛੂੜੀ ਪੰਜਾਬ ਚੱਲੂ ਇੱਕ ਤੇ ਵੀਰੇ ਚਾਰ ਤੇ ਅੱਠ ਦੀ ਜਿਹੜੀ ਖੇਡ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਆ एक नंबर ग्राउंड से भाई यार कोई रेफरी लाओ भरा बन के उगो गया कितने अभी उगो गया अभी मैं तो कराओ भी इधर एक नंबर ग्राउंड छोटे भीर मैं तो करवाओ इधर मौजा ने कहीं तो पखे लाई बैठे है राम राम भाई जी चिराग पूरा जी स्कोर भाई 9-4 है भाई 9 जोगी वाला 4 12 का दरप्रीकल कनेडा क्लब
लाभ कर दो मैच हम शुरू जल्दी एक नंबर ग्राउंड के आ गया एक नंबर ग्राउंड लाओ रैफरी मेरा वीर मैं बेनती करता ला जी अठ चार इधर गुरलाल अमृत हां जी सर स्प्रे कितने मूव और जिहड़ी भरा साडे सहूलतां दे रहे ने उन्हां दा आपां दिलों धन्नवाद करदे आ एक चोटी दा मैच खेड ग्राउंड दे विच आओ खेडा जा रहा मेरे मित्रो बई अणखी ना कदे किसे गल्लों थुड़िया मर्दा दे नाल है सर्कल जुड़िया जिहदी होवे बणी ओह कदे नहीं टोलदा ते झूठा बंदा हर थां तों खाली मुड़िया छड्डणा नहीं एवें कहिंदे दिल चाहीदा मर्दा दे उत्ते चढ़दियां ते लहिंदियां जोरां नाल शेर करदे आ राज नहीं होर केड़ा जंगलां च आओ वोटां पैंदियां जोरां नाल शेर नदीम राणा सैमी में है भाई होर केड़ा बुरज भलाई नाल उहनां दा सैमीफाइनल गल भी सच्ची है ना भी हुण शुरू करा दो मैच वीरे जिहड़े रहिंदे आ खिडारी ग्राउंड नंबर एक दे विच आ जाण बुरज भलाई बिंदी दी टीम भी आ गई अपने कोल और सहारनपुर यूपी दी टीम दा भी मैच है इधरले पासे बड़ा तगड़ा खेडा जाएगा और दोनों टीम कहते चोटी दी टीम ने बराबरी दी टीम जिहड़ियां बैलेंस टीम अज दे अपने कोल बन के आईयां होईयां ने बहुत बहुत मैं धन्नवाद कर दस चार तो साइडां दे जी टीम जिन्नियां भी आईयां सारे दर्शक वीरां दा खिलाड़ी वीर अपने आप नूं फिर तैयार करा गा बारे का लावी कराओ जी शुरू मैच वीरे रेफरी साहब मेरा वीर बन के टास करवा दी आप हम बहुत तगड़े मैच खेले जाएंगे दोनों ग्राउंडा भी विशेष तौर से मैं धन्यवाद करांगा भी बहुत ही अत चुकी वैर कहते खुदा का बहुत्या शरीफा नूं भी जीण दिंदे लोक नहीं है मतलब कढ़ण नूं दुनिया है पहले ते अपना बना के छोटू माजरा आया वीरे अज कल चाहुंदी है चारे पासे गेम राजे है पर मिल जांदा ओहियो जिहड़ा लेखा विच आया है पिछे पिछे छुरे है ते मूंह दे उत्ते जी दी है तम्मिया ओए भेद कदों दुनिया दा आया है पिछे पिछे छुरे है ते मूंह दे उत्ते जी दी है तम्मिया ओए भेद कदों दुनिया दा आया है शुरू करवाओ मैच साइडा चेंज हो चुकिया ने इधरले पासे मिलना दस है चार आ गए पांच बिले चार है उधर तारी साडा वीर तारी भरा साडा कहना भी जेड़ा अठ ते नौ तरीक नूं कबड्डी कप होना इस धरती ते नौ तरीक नूं कत्तर कत्तर का सम्मान जेड़ा कत्तर संधु का सम्मान जेड़ा साइकिल दे नाल कीता जाणा तारी साडा वीर इक तारी मारो यार और तारी साडा वीर ते तारी भरा कहना भी आपां कत्तर संधु का सम्मान जेड़ा बार होणगे पदीला वाला कहदा तारी दी आपां बार सम्मान जेड़े वड्डे करांगे हेलो हां जी भाई चलो कहना भाई सहारनपुर का मैच नहीं लाई बार लाओ सामने मुकाबले दे आया दिलशाद आया वीरे बिल्कुल आया जी दूजा लाई मुन्ने वाला वीरे वॉलीबॉल शूटिंग पंजाब कोट वाला सुरेश अगली सर्विस कर दे ली है और चौपर जेड़ा तैयार पर तैयार है मेरे मित्रों खेड दे मैदान दे विच भी बहुत ही अत चुक्की नाल वैर कहंदे खुदा दा ते बहुतियां शरीफां नूं भी है जीन दिंदे लोक नहीं है मतलब कढ़ने नूं दुनिया है पहले ते है अपना बना के धोखा कर जांदे बहुत नहीं है अज कल चलदी है चारे पासे गेम राजे है पर मिल जांदा ओहियो जिहड़ा लेखा विच आया है ते पिट पिछे छुरे है मूंह दे उत्ते जी जी है पम्मिया है भेद कदों दुनिया दा आया है पिट पिछे छुरे है ते मूंह दे उत्ते जी जी है और पम्मिया है भेद कदों
ਟੁੜੀਆਂ ਦਾ ਆਇਆ ਏ ਲਓ ਰਾਮਕੋਟ ਵਾਲਾ ਫੇਰ ਉੱਡ ਜੋੜ ਜੂ ਕਰਦਾ ਹੈ ਖੇਡ ਦੇ ਮੈਦਾਨ 'ਚ ਗੁਰਲਾਲ ਕਰਖਾ ਗੱਲ ਸੁਣਿਆ ਵੀਰਾ ਮੁਕਾਬਲਾ ਤੇ ਬਾਹ ਚੋਟੀ ਦਾ ਖੇਡਾ ਜਾ ਰਿਹਾ ਹੈ ਲਓ ਸਾਹਮਣੇ ਮੁਕਾਬਲਾ ਜਿਹੜਾ ਬਾਹਲਾ ਚੋਟੀ ਦਾ ਖੇਡਾ ਜਾ ਰਿਹਾ ਹੈ ਵੀ ਸਾਰਾ ਮੇਲਾ ਤੋਂ ਲੁੱਟਿਆ ਤੈਨੂੰ ਗੱਭਰੂ ਕਿਸੇ ਨੇ ਲੁੱਟ ਲੈਣਾ ਇਹ ਗੱਲ ਜਿਹੜੀ ਪੱਕੀ ਆ ਨੌਜਵਾਨਾ ਇੱਕ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਗਰਾਊਂਡ ਦੇ ਅੰਦਰ ਜੋਗੀ ਉਹਦੀ ਟੀਮ ਨੇ ਵੀ ਪਿੱਛੇ ਕਈ ਮੇਲੇ ਜਿੱਤ ਕੇ ਸੁਰਖੀਆਂ ਬਟੋਰੀਆਂ ਨੇ ਨੌਜਵਾਨਾ ਪਰ ਵਾਰੇਕੇ ਦੀ ਟੀਮ ਵੀ ਇੱਕ ਵੱਡੀ ਟੀਮ ਆ ਮੇਰੇ ਮਿੱਤਰੋ ਖੇਡ ਵਾਲੀਬਾਲ ਦੀ ਆਹ ਮੁੰਡੇ ਚੁਰਤਵੇ ਨਾਲ ਖੇਡਣ ਦਾ ਦਮ ਰੱਖਦੇ ਆ ਪਰ ਆਹ ਮੁੰਡਾ ਚੱਲਦੇ ਸਮੇਂ ਦੇ ਵਿੱਚ ਪੀਕ ਤੇ ਹੈ ਲੋਕੀ ਕਹਿੰਦੇ ਆ ਨੌਜਵਾਨਾ ਵੀ ਲੋਕੀ ਕਹਿੰਦੇ ਤੇ ਕਰਾਈਏ ਅਸੀਂ ਅੱਤ ਬਈ ਕੋਈ ਸਾਡੇ ਮੂਹਰੇ ਚੱਕਦਾ ਨੀ ਅੱਖ ਬਈ ਮਿੱਟੀ ਵਿੱਚ ਰੋ ਦਿੰਦੇ ਆ ਆਹ ਜਿਹੜੇ ਤੁਰਦੇ ਨੇ ਹਿੱਕਾ ਤਾਣ ਤਾਣ ਕੇ ਬਾਈ ਪੋਤੜੇ ਫਰੋ ਦਿੰਦੇ ਆ ਪੋਤੜੇ ਫਰੋ ਦਿੰਦੇ ਆ ਅੱਗੇ ਕਮਾਲ ਕਰੀ ਪਈ ਆ ਜੋਗੀ ਵਾਲੀ ਠੇਟਾ ਪੂਰੇ ਆਹ ਬੱਲੇ 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 ਸਵਾਲ ਕਹਿੰਦੇ ਵੱਖਰਾ ਬਾਈ ਯਾਰ ਮਾੜਾ ਮੋਟਾ ਯਾਰ ਹੌਸਲਾ ਲਓ ਤਾੜੀ ਤੂੜੀ ਦਾ ਮਾਰ ਦਿੱਤੀ ਪਾਲੀ ਬਾਈ ਔਰ ਕਦੇ ਪੈਂਦੇ ਆ ਭੜਾਕੇ ਰਾਮਕੋਟ ਵਾਲਾ ਅੱਜ ਤੇ ਉੱਡਿਆ ਫਿਰਦਾ ਮੇਰੇ ਮਿੱਤਰੋ ਔਰ ਕਦੇ ਕਮਾਲ ਹੋਈ ਪਈ ਹੈ ਵੀ ਲੋਕੀ ਕਹਿੰਦੇ ਕਹਿਰ ਲੱਗਦਾ ਤੇ ਖਾ ਕੇ ਮਿਰਦੇ ਕਾਲਜੇ ਮਰ ਜਾ ਔਰ ਜਿੰਨਾ ਨੂੰ ਜੱਟ ਜ਼ਹਿਰ ਲੱਗਦਾ ਔਰ ਖਾ ਕੇ ਨਿਰਨੇ ਕਾਲਜੇ ਮਰ ਜਾ ਜਿੰਨਾ ਨੂੰ ਜੱਟ ਜ਼ਹਿਰ ਲੱਗਦਾ ਵਾਵੇ ਮਿੱਤਰਾ ਪਹੀਏ ਵਾਲੀਆ ਲਓ ਸਾਹਮਣੇ ਬੁਰਜ ਭਲਾਈ ਨਾਲ ਤੇਰੇ ਲੜਦੇ ਵੇ ਤੇਰੇ ਨਾਲ ਦਾ ਹੀ ਲੜਦੇ ਪੰਜਾਬ ਵਾਲਾ ਤੇ ਗੱਲ ਤੇ ਫੇਰ ਜਿਹੜੀ ਹੋ ਜੂਗੀ ਇਧਰਲੇ ਪਾਸੇ ਨੰਬਰ ਇੱਕ ਜਿਹੜਾ ਹੋਰ ਮੇਰੇ ਮਿੱਤਰੋ ਬਾਰੇਕਾ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਬਾਈ ਜੀ ਮੈਚ ਹੁਣ ਖੇਡਿਆ ਜਾਊਗਾ ਇੱਕ ਤੇ ਮੇਰੇ ਮਿੱਤਰੋ ਹੱਲਾ ਗੁੱਲਾ ਤੇ ਇਧਰਲੇ ਪਾਸੇ ਵੀ ਪੂਰਾ ਹੀ ਹੋਣਾ ਜਿਵੇਂ ਸੰਧੂ ਭਰਾ ਕਹਿੰਦੇ ਹੁੰਦੇ ਵੀ ਖੰਡਾ ਤੇ ਆਓ ਪੂਰਾ ਖੜਕੂ ਪੰਪ ਖੇਡੋ ਸਹੀ ਹੋ ਤੇ ਅਸੀਂ ਬਹੁਤ ਦੇ ਦੇਵਾਂਗੇ ਬਾਈ ਜੀ ਪੰਪ ਜਿਹੜੇ ਵੀਰ ਕੋਲ ਹੈ ਤੇ ਜ਼ਰੂਰ ਪਹੁੰਚਦੇ ਕਰੋ ਯਾਰ ਇੱਕ ਨੰਬਰ ਗਰਾਊਂਡ 'ਚ ਇੱਥੇ ਤਾਂ ਨੀ ਪੰਪ ਇੱਥੇ ਲੈ ਕੇ ਗਏ ਸੀ ਪਰਲੀ ਸਾਈਡ ਦੇਖਿਓ ਉੱਧਰ ਹੈ ਕਿ ਨਹੀਂ ਪੰਪ ਜਿਹੜੇ ਵੀਰ ਕੋਲ ਪੰਪ ਹੈ ਵੀਰੇ ਤੇ ਜ਼ਰੂਰ ਪਹੁੰਚਦਾ ਕਰ ਦੋ ਭਰਾ ਬਣ ਕੇ ਕੋਈ ਇੱਧਰ ਉੱਧਰ ਪਿਆ ਹੁੰਦਾ ਕੁਰਸੀਆਂ ਥੱਲੇ ਦੇਖ ਲਓ ਵੀਰੇ ਕਿਉਂਕਿ ਚੋਟੀ ਦਾ ਮੈਚ ਹੈ ਨੌਜਵਾਨ ਵੀ ਹੁਣ ਮਨਸੂਬੇ ਨੇਕ ਬੰਦਾ ਕੀ ਨਹੀਂ ਕਰ ਸਕਦਾ ਕਾਕੋ ਵਾਲੀ ਬੂੰਦ ਬੂੰਦ ਨਾਲ ਆਹ ਸਾਗਰ ਭਰ ਸਕਦਾ ਉਸ ਡੱਗ ਦੇ ਲੜ ਲੱਗ ਕੇ ਬੜੀ ਤੁਰਦੀ ਹੁੰਦੀ ਆ ਤੇ ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਆਹ ਅੰਮ੍ਰਿਤ ਪੰਪ ਕਿੱਥੇ ਪਿਆ ਲੱਭੋ ਤੇ ਸਹੀ ਵੀਰੇ ਹੈਲੋ ਬਾਈ ਯਾਰ ਹਵਾ ਵਾਲਾ ਪੰਪ ਭੇਜੋ ਮੇਰਾ ਵੀਰ ਬਣ ਕੇ ਮੈਚ ਆਪਾਂ ਇਧਰਲੇ ਪਾਸੇ ਵੀ ਕਰਵਾਉਣਾ ਹੈ ਗਰਾਊਂਡ ਨੰਬਰ 1 ਦੇ ਵਿੱਚ ਹਵਾ ਵਾਲਾ ਪੰਪ ਪਹੁੰਚਦਾ ਕਰ ਦੋ ਮੇਰਾ ਵੀਰ ਬਣ ਕੇ ਕਿਸੇ ਵੀਰ ਭਰਾ ਦੀ ਉਦਾਂ ਵੀ ਨਿਗਾਹ ਵਿੱਚ ਹੁੰਦਾ ਕਈ ਵਾਰੀ ਆਪਣੀਆਂ ਕੁਰਸੀਆਂ ਥੱਲੇ ਪਿਆ ਹੁੰਦਾ ਵੀਰੇ ਥੋੜੀ ਗੌਰ ਕਰ ਲਓ ਮੇਰਾ ਵੀਰ ਬਣ ਕੇ ਯਾਰ ਕਿਸੇ ਵੀਰ ਦੀ ਨਿਗਾਹ 'ਚ ਹੋਵੇ ਹਵਾ ਵਾਲਾ ਪੰਪ ਤੇ ਗਰਾਊਂਡ ਨੰਬਰ 1 'ਚ ਪਹੁੰਚਦਾ ਕਰਦੀ ਆਪਾਂ ਫੇਰ ਹੀ ਫਾਇਦਾ ਆਪਣੇ ਮੈਚ ਪਹਿਲਾਂ ਵਾਲੇ ਕਰਵਾਇਆ ਦਾ ਜੇਕਰ ਆਪਾਂ ਹੁਣ ਵੀ ਮੈਚ ਟਾਈਮ ਨਾਲ ਕਰਵਾਈਏ ਤੇ ਜੇ ਉਹੀ ਫੇਰ ਸੂਰਜ ਚੜ ਗਿਆ ਫਿਰ ਫਾਇਦਾ ਕੋਈ ਨਹੀਂ ਮੇਰੀ ਬੇਨਤੀ ਹੈ ਥੋੜਾ ਕਰੀਏ ਖਿਆਲ ਆਪਾਂ ਹਵਾ ਵਾਲਾ ਪੰਪ ਪਹੁੰਚਦਾ ਕਰ ਦਈਏ ਜੀ ਜੱਗਾ ਮਿਲੇ ਸੀ ਆ ਭਰਾ ਸਾਡਾ ਆਕਾਸ਼ ਉੱਗੋ ਕੇ ਤੇ ਇਹ ਦੋਨੇ ਵੀਰ ਕਹਿੰਦੇ ਵੀ ਜਦੋਂ ਉੱਗੋ ਕਹਿੰਦੇ ਵਿੱਚ ਮੇਲਾ ਹੋਇਆ ਤੇ ਕੁਲਵੀਰ ਦਾ ਸਨਮਾਨ ਜਿਹੜਾ ਜਿੱਦਾਂ ਉਹਦਾ ਕੱਦ ਤੇ ਉਹਦਾ ਕੱਪ ਦੇ ਕੇ ਕਰਦੇ ਆ ਬਾਰੇ ਕਵਰੇ ਜੰਟੀ ਤੇ ਸਚਨ ਖੇਡਦੇ ਆ ਅੱਜ ਦੇ ਇਸ ਵੱਡੇ ਮੇਲੇ ਦੇ ਉੱਤੇ ਕੱਪ ਵੀ ਭਰਾਵਾਂ ਨੇ ਬਹੁਤ ਸੋਹਣੇ ਤਿਆਰ ਕੀਤੇ ਆ ਲੈ ਵੀ ਬੱਲੇ ਮੇਰਾ ਵੀਰ ਬਣ ਕੇ ਯਾਰ ਥੋੜੀ ਸਾਂਭੋ ਜ਼ਿੰਮੇਵਾਰੀ ਵੀਰੇ ਗਰਾਊਂਡ ਨੰਬਰ 1 ਯਾਰ ਹਵਾ ਵਾਲਾ ਪੰਪ ਦਾ ਭੇਜੋ ਬਾਈ ਕਿਸੇ ਵੀਰ ਦੀ ਗੱਡੀ ਗੁੱਡੀ 'ਚ ਹੁੰਦਾ ਵੀਰੇ ਭਰਾ ਬਣ ਕੇ ਉਹੀ ਲਿਆਓ ਜੀ ਆਓ ਵੀਰੇ ਯਾਰ ਕਿਹਦੇ ਵਾਸਤੇ ਸੱਚ ਵੱਡਾ ਪਿਆਰੇ ਵੀਰ ਤੁਸੀਂ ਸਾਡੀ ਜ਼ਿੰਦਗੀ ਦੇ ਦੁਆਵਾਂ ਨੇ ਤੁਹਾਡੇ ਲਈ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਸੱਚੇ ਪਾਤਸ਼ਾਹ ਦੀ ਔਰ ਵੇਲਾ ਜਿਹੜਾ ਸਫਲਤਾ ਦੇ ਵੱਲ ਵਧਦਾ ਜਾ ਰਿਹਾ ਹੈ ਬਾਬੇ ਨਾਨਕ ਦੀ ਕਿਰਪਾ ਹੋਈ ਮੇਰੇ ਮਿੱਤਰੋ ਇਸ ਔਰ ਥੋੜੇ ਕੁ ਦਿਨ ਪਹਿਲਾਂ ਜਿਹੜੀ ਬਹੁਤ ਜ਼ਿਆਦਾ ਬਾਰਿਸ਼ ਹੋਈ ਪੰਜਾਬ ਦੇ ਵਿੱਚ ਤੇ ਪਰਮਾਤਮਾ ਦੀ ਮਿਹਰ ਹੋਈ ਭਾਗਾਂ ਵਾਲਾ ਦਿਨ ਚੜਿਆ ਦਿਨ ਤੋਂ ਰਾਤ ਹੋਈ ਤੇ ਰਾਤ ਤੋਂ ਫੇਰ ਦਿਨ ਚੜ੍ਹ ਜਾਣਾ ਇਹ ਗੱਲਾਂ ਹੋ ਗਈਆਂ ਲਓ ਸਾਹਮਣੇ ਇੱਧਰ ਮੈਚ ਬੜਾ ਚੋਟੀ ਦਾ
ग्राउंड खेडे जा रहा पर साउंड वाले वीर का दिलों धन्यवाद है। अंकल जी केड़ा साउंड अपना देव देव साउंड का दिलों धन्यवाद है। बड़ी प्यारी आवाज बख्शी है जो आए आए सी तो लग्या पर बाद गड्डी जी राह पै गई आओ दिलों धन्यवाद मैं कर रहा देव का देसी घ्यो वर्गी आवाज है साउंड की है और पूरी दुनिया भर के चर्चे ने बड़ी है मेहनत करते हैं साढ़े वीर सारा कुछ रल मिल के हों चढ़दी उम्र दा स्टार खिलाड़ी है माजरे वाला छोटू आया होया है ते एक पासे है शहबाजपुरी सत्ते दा कहिंदे तजर्बा बड़ा है साडे भाई मणि हुण दा वकील वर्गां दा तजर्बा बड़ा है काले वर्गे भरा ने साडे है सनी भी साडा वीर आने वाले टाइम का एक बड़ा खिलाड़ी बनेगा क्योंकि पिछले कई मेलों तो बड़ा चोटी का प्रदर्शन करता आता है नाल मान खेड़े पिंडे लब्बे ने खेडना आई टक्कर दे चक्कर जड़ा और देखने वाली है पर लोगों की स्कोर जोगी वाले दी लीड है और सामने ग्राउंड नंबर ओ बाल ओए बेकार एंड गलबात बाल यार ताड़ी बिना कह तो वधी है भी ताड़ियां जद भी बजदियां ने पता लगदा लोगों के मन लग्या दा ये दुनिया पूजदी जोधियां नूं कोई नाम नहीं लैंदा भज्जियां दा ते पंजे शेरां वांगर लड़दे ने अज चमकू कौन सितारा अड्डी चोटी दा जोर अज लगना ते दुनिया खड़ के वेखो नजारा अड्डी चोटी दा जोर अज लगना दुनिया खड़ के वेखो नजारा आनंद माण रही है दुनिया चलते हुए इन्होंने मैचों में वही टक्कर है मेरे मित्रों खेड मैदान नथो के पिंड है जिले मोगे की धरती है बागे पुराने इलाका नौजवान है महान तपस्वी शहीदों की धरती है योधे सूरवीर आओ पीर पैगंबरों को जन्म देने वाली भूमि है नौजवान है वाला मेला है साढ़े वीर करवा रहे ने वीर धन्यवाद है भी नथो के पिंड मुंडे देख लो मुंडे शौक पगाउंदे ने दसा नफा की किरत कमाई आ खेडा उत्ते लाउंदे ने खरे खोटे की परख इन्हों करते गल टड़का के राजे खिले सच्चे सज्जन मिलदे चप्पियां पा के ये गल पक्की है कहना वीर साडा जा वसे विच यूएसए दे ना चलिया वीर का कबड्डी की दुनिया के विच ते लोगों ने सरनामे पुछे है आओ मेरे मित्रों गल्लां जिहड़ियां टिकाणे लाईआं उस भरा ने पर वालीबाल दे विच अमृत वर्गिया का सिक्का चल रहा है और सामने कहते अज के टाइम जोगीवाल की टीम भी चोटी दी है नंबर एक मुंडे ने होर जोड़ दिता अपनी टीम के लिए है भी किन्ने किन्ने हो गए गुरलाल सचिन मैच तो भी 2100 विजय खुड़िया बारे विजय खुड़िया भरा साडा वो वीर कहना भी सचिन मैच तो आता तो 2100 दे देंगे ये की हिसाब का मैं पूछी जा रहा एक बार घोड़िए वालिया ये वीर भी मंगे के पिंड चल के आया समाइल क्लब दिया गल् होंगे की स्कोर है जिहड़ी एक नंबर ग्राउंड जित जाएगी एक जिहड़ी खेडू पता कोई नहीं कर जाना ला भी इधरले पासे भी मैच की शुरुआत हो चुकी है जिहड़ा मैच हुण खेडा जाना ग्राउंड नंबर एक दे विच इहदे विच भी मेरे मित्रों टक्कर दे कहिंदे बंडी बन गई है एक पासे मैं टक्करां भी जिहड़ी टीम आ गई इधर स्टेज वाले पासे है बुरज भलाई बिंदी की टीम खेड रही है जिहड़ी टीम दे लई है शहबाजपुरी आ सत्ता दुनिया तूफान कहिंदी है जिहड़ी टीम दे लई है अज तूफान खेड रहा है कहिंदे जिले मानसा भी मेरे मित्रों बुरज भलाई पिंड की टीम है झनीर दे लागे करके है बिल्कुल बुकल च वसिया हुआ पिंड है ते नाल मैं तक रहा खेड दे मैदान च एक पासे वकील खेडदा साडा बड़ा भाई है नाल भाई काले होनी है आओ लब्बू वर्गे मुंडे खेडदे है ते नेट ते मुंडा कहिंदे सनी खेडदा है आओ खेड दे मैदान दे विच टक्कर जिहड़ी सिरे दी है नंबर हुण पहला कौण जोड़ू अपनी टीम दे लई है उधर सेंटर च माजरे वाला छोटू है मुंडे दे पैरां थले लोकी कहिंदे वी अग बटदी है ला भी साबर भी आया होया अज ते माजरे वालिया अज इहदा चित करदे राजी सोहणिया वीरा ते गल्लां ते टिकाणे है लग के रहणियां आओ माजरे वाले ट्राई ते कीती है खेड दे मैदान च लब्बा मान खेड़े वाला आओ लब्बा मान खेड़े वाला कमाल करदा मेरे मित्र उधर शेरू ढाबा वाला साडा वीर लाइव जुड़िया होया वो वीर कहना भी जे जोगी वाली अश्वनी समैश मारदा ते 500 दिता जाना नौजवान
ਗੱਲਾਂ ਹੋਣਗੀਆਂ। ਆਹ ਵੱਡਾ ਕਾਪਾ ਖੇਡ ਗਰਾਊਂਡ ਦੇ ਵਿੱਚ ਮੈਚ ਬੜਾ ਚੋਟੀ ਦਾ ਵੀ ਉਹ ਕਿੱਥੇ ਹੁਣ ਪਿੰਡ ਮੁੜਦੇ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ ਇਹ ਗੱਲ ਜਿਹੜੀ ਪੱਕੀਆਂ ਦਾ ਜਾਣਾ ਵੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ ਤੈਨੂੰ ਤੇਲ ਫੂਕਦੇ ਮਿਲ ਜਾਵਾਂਗੇ ਇਹ ਵੀ ਉੱਥੇ ਰਹਿੰਦੇ ਨਾ ਜਾਣਾ। लो सामने पर इधरले पासे माजरे वाले ने कहते कबार कर दी है बड़ी टॉप की बाल लादी लभ्या तगड़ा रही है आ मुंडे की अख मेनु तेरे ते लगती है हुण तगड़ा हो जा ए सामने अज ते कहते उड़जू करदा तुरिया फिरदा ना भी शहबाजपुरे वालिया तजर्बा तेरा भी बहुता सोहणा वीरा जे आ मैच जिते गल फेर बनती है पर सामने सज्जन ने कमाल करती है और मुंडा कहते कमाल कर गया सज्जन राणा भी हमको राणा जी माफ करना पर शहबाजपुरे वाले तेरी और दुनिया जीती हुई है बड़ा बड़ा नाम है तेरा जे मैं जिता देना सत्या ते लोका फेर कहना भी वाली बाकी कदे वाली वाला तूफान हरविंदर जगाली वाला वधिया हरविंदर रंगा दा कुछ पता लगे ना कई बारी डाढे दुख करदा है मार दस के दी गल करने ਵੀ ਕਰਦਾ ਏ ਮਾਣ ਦੱਸ ਕਿਹੜੀ ਗੱਲ ਦਾ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਉਧਰ ਜੇ ਸਤੀਰ ਵਾਲੀ ਸੱਚਨ ਸਮੈਸ਼ ਮਾਰ ਸੁਧੀਰ ਸੁਧੀਰ ਓਕੇ ਜੀ ਉਧਰ ਜੇ ਪੰਜਾਬ ਵਾਲਾ ਸੁਧੀਰ ਸਮੈਸ਼ ਮਾਰਦਾ ਤੇ ਭਰਾ ਸਾਡਾ ਸ਼ੁਰੂ ਕਰਨਾ ਵੀ ਆਪਾਂ 500 ਦੇ ਨਾਲ ਵੱਡੇ ਮਾਣ ਕਰ ਦੇਣੇ ਆ ਵਧੀਆ ਵਧੀਆ ਜੋ ਸੇਖੋ ਬਲੂਦੀ ਕੀ ਵਾਲਾ ਬਾਈ ਕੈਨੇਡਾ ਚਲਾ ਗਿਆ ਜੋਤ ਸਵਾਲ ਅੱਜ ਦੇ ਵੱਡੇ ਬਹੁਤ ਮੁਬਾਰਕਾਂ ਜੀ ਜੋਤ ਕੈਨੇਡਾ ਵੀ ਲਾਈਵ ਆਪਣੇ ਨਾਲ ਬਲੂਦੀ ਵਾਲਾ ਵੈਲਕਮ ਜੀ ਮੁੰਡੇ ਡੰਡ ਬਸ਼ਕਾ ਮਾਰੋ ਆਊਗਾ ਗਾਰੰਟੀ ਹੈ ਗੱਲ ਦੀ ਬਾਈ ਆਪਣਾ ਰੂਪ ਸਵਾਰੋ ਤੁਹਾਨੂੰ ਕੀ ਮਜਬੂਰੀ ਆ ਬਾਕੀ ਦੇ ਕੰਮਾਂ ਚ ਪਹਿਲਾਂ ਸਿਹਤ ਜ਼ਰੂਰੀ ਆ ਇਹ ਗੱਲਾਂ ਪੱਕੀਆਂ ਨੇ ਨਾ ਵੀ ਨੰਬਰ ਤੇ ਦੱਸੋ ਜੀ ਕਿੰਨੇ ਕਿੰਨੇ ਹੋ ਗਏ ਵੀਰ ਜੀ ਦੋ ਨੰਬਰ ਗਰਾਊਂਡ ਦੇ ਪੁਆਇੰਟ ਸਾਂਝੇ ਕਰ ਦਿੱਤੇ ਜਾਣ ਛੋਟੂ ਮਾਜਰੇ ਦਾ ਵਾਲੀਬਾਲ ਸ਼ੂਟਿੰਗ ਪੰਜਾਬ ਤੇ ਆਵਰੇ ਸ਼ੁਰੂਆਤ ਹੋਈ ਹੈ ਵੀ ਹਾਲੇ ਤੇ ਸ਼ੁਰੂਆਤਾਂ ਮਿੱਤਰੋ ਰੱਬ ਦੇ ਬਖਸ਼ੇ ਕਾਜ ਦੀਆਂ ਆਹ ਬੜੀਆਂ ਲੰਬੀਆਂ ਰਾਹਾਂ ਨੇ ਆ ਸਤਿੰਦਰ ਤੋਂ ਸਰਤਾਜ ਦੀਆਂ ਆਹ ਆ ਗਿਆ ਲਹਿਰੇ ਵਾਲਾ ਚੱਲਦੇ ਰਹਿਣਾ ਹੈਪੀ ਇਹੋ ਕਿਸਮਤ ਰਾਹੀ ਦੀ ਹੈ ਤੇ ਦੁਸ਼ਮਣ ਮੇਰਾ ਹੀ ਇੰਤਜ਼ਾਰ ਸੀ ਜਨਾਬ ਸਤਾਰ ਕਦੇ ਨਹੀਂ ਲਾਹੀ ਦੀ ਹੈ ਖੁਦ ਚਾਹੀਏ ਸਤਕਾਰ ਤੇ ਸਭ ਦੀ ਇੱਜ਼ਤ ਕਰਨੀ ਚਾਹੀਦੀ ਹੈ ਵੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ ਆਓ ਦੁਸ਼ਮਣ ਵੀ ਹੋਵੇ ਓਕੇ ਓਕੇ ਯੂਕੇ ਜੋ ਯੂਕੇ ਠੀਕ ਆ ਵੀਰੇ ਗੱਲਾਂ ਸਰਤਾਜ ਨੇ ਕਰੀਆਂ ਔਰ ਮੈਨੂੰ ਲੱਗਦਾ ਵੀ ਇੱਧਰ ਇਹ ਨੰਬਰ ਜਿਹੜੇ ਇੱਕ ਦੋ ਇੱਕ ਬਾਕੀ ਹੋਣੇ ਨਾ ਹੋਆ ਮੈਂ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਔਰ ਆਸਾਂ ਉਮੀਦਾਂ ਠੀਕ ਆ ਠੀਕ ਆ ਹੈਪੀ ਉਲਟ ਫੇਰ ਹੁੰਦੇ ਜ਼ਰੂਰ ਇੱਕ ਸਵਾਲ ਅੱਜ ਦੇ ਵੱਡੇ ਹਰਵਿੰਦਰ ਨੂੰ ਆਦਾ ਹੀ ਮੈਂ ਪੂਰਾ ਦਾ ਧੰਨਵਾਦ ਜਿਹੜੇ ਭਰਾ ਸਾਡੇ ਮੇਲਾ ਕਰਵਾਰੇ ਨੇ ਹਾਂ ਜੀ ਵੀਰੇ 2 ਵਜੇ ਤੱਕ ਲਾਸਟ ਵੀਰੇ ਲੰਗਰ ਪ੍ਰਸ਼ਾਦਾ ਪਾਣੀ ਚੱਲਣਾ ਜੀ ਹੈ ਉਸ ਤੋਂ ਬਾਅਦ ਕੱਲੀ ਚਾਹ ਦਾ ਲੰਗਰ ਚੱਲੂਗਾ ਓਕੇ ਜੀ ਪਾਰਸ ਜੀ ਤੇ ਮੇਰਾ ਵੀਰ ਕੇ ਜਾ ਕੇ ਪ੍ਰਸ਼ਾਦਾ ਪਾਣੀ ਛਕ ਲੋ ਜੀ ਬਹੁਤ ਤਕੜੇ ਮੁਕਾਬਲੇ ਖੇਡੇ ਜਾ ਰਹੇ ਨੇ ਖੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਤੀ ਲਾਈਵ ਪੇ ਦੇ ਜਰੀਏ ਦੁਨੀਆ ਮੈਚਾਂ ਦਾ ਆਨੰਦ ਪਈ ਮਾਣਦੀ ਹੈ ਵਾਲੀਬਾਲ ਸ਼ੂਟਿੰਗ ਪੰਜਾਬ ਦੇ ਹੈ ਵੱਡੇ ਚਰਚੇ ਹੁੰਦੇ ਆ ਵੱਡੇ ਵੱਡੇ ਪ੍ਰਮੋਟਰ ਲਾਈਵ ਤੱਕਦੇ ਆ ਆ ਖੇਡ ਦੇ ਖਿਡਾਰੀਆਂ ਦੇ ਪੈਸੇ ਜਿਹੜੇ ਅੱਜ ਕੱਲ੍ਹ ਪਾਣੀ ਰੰਗ ਵਰਦੇ ਨੇ ਗੁਰਲਾਹ ਗੱਲ ਕਰੂਗਾ ਉਹਦੀ ਗੱਲ ਪੱਕੀ ਹੈ ਉਧਰ ਪਾਰਸ ਭਰਾ ਸਾਡਾ ਰੂਪਨਗਰ ਵਾਲਾ ਔਰ ਉਹ ਵੀਰ ਕਹਿੰਦਾ ਵੀ ਜੇ ਸਤੀਰ ਵਾਲੀ ਸੱਜਣ ਸਮੈਸ਼ ਮਾਰਦਾ ਤੇ 1100 ਦੇ ਵੱਡੇ ਮਾਣ ਕਰ ਦੇਣੇ ਆ ਜੇ ਸੁਰੇਸ਼ ਮੈਂ ਮਾਰੇ ਸ਼ੇਰੂ ਵੱਲੋਂ 500 ਜੇ ਸੁਰੇਸ਼ ਸਿੰਗਲੈਂਡ ਦੀ ਸਮੈਸ਼ ਮਾਰਦਾ ਤੇ ਸ਼ੇਰੂ ਢਾਬਾਲਾ ਕਹਿੰਦਾ ਵੀ ਆਪਾਂ 500 ਦੇ ਦੇਣਾ ਔਰ ਚਰਚੇ ਉਧਰ ਹੱਲਾ ਗੁੱਲਾ ਇਸ ਵੇਲੇ ਹੋਇਆ ਕਦੋਂ ਫਿੱਟ ਹੋਵੇਗਾ ਢਾਬਾ ਵਾਲਿਆ ਜਿਹੜੀ ਹੋ ਗਈ ਹੈ ਖੇਡ ਗਰਾਊਂਡ ਦੇ ਵਿੱਚ ਇੱਕ ਚੋਟੀ ਦਾ ਮੈਚ ਆ ਵੀ ਖੇਡਿਆ ਜਾ ਰਿਹਾ ਪਰ ਯਾਰ ਰਾਮ ਕੋਟਲਾ ਸੁਰੇਸ਼ ਬਹੁਤ ਤਗੜੀਆਂ ਬਾਲਾਂ ਮਾਰੀਆਂ ਉਹਦਾ ਮੁੰਡਾ ਯਾਰ ਸੁਰੇਸ਼ ਦੀ ਖੇਡ ਵਧੀਆ ਲੱਗੀ ਤਾੜੀ ਮਾਰੋ ਹੋਰ ਮੁੰਡੇ ਦੇ ਲਈ ਵੀ ਤਾੜੀ ਮਾਰ ਦੋ ਜ਼ੋਰਦਾਰ ਜਿੱਦਾਂ ਦੀਆਂ ਬਾਲਾਂ ਲਾਈ ਆਉਂਦਾ ਤਾੜੀ ਵੱਜੀ ਵੀ ਮੋਗੇ ਵਾਲਿਓ ਤਾੜੀ ਮਾਰ ਦੋ ਜ਼ੋਰਦਾਰ ਮੁੰਡੇ ਦੇ ਲਈ ਕਮਾਲ ਕਰ ਦਿੱਤੀ ਆ ਲੈ ਵੀ ਹੁਣ ਇੱਕ ਨੰਬਰ ਗਰਾਊਂਡ ਦੇ ਵੀ ਪੁਆਇੰਟ ਦੱਸ ਦੋ ਉਹ ਕਿੰਨੇ ਕਿੰਨੇ ਹੋ ਗਏ ਨੇ ਇਧਰਲੇ ਪਾਸੇ ਸੋਹਿਤ ਵੀ ਖਾਤਾ ਨਹੀਂ ਖੁੱਲਿਆ ਉਧਰ 3 ਪੁਆਇੰਟ ਹੈ ਖਾਲਸਾ ਜੀ 10 ਤਰੀਕ ਨੂੰ ਕਰਨੀ ਆ ਢਾਬਾ ਵਾਲਾ ਕਹਿੰਦਾ ਵਾਪਸੀ 3 ਤੇ 0 ਬਹੁਤ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇਧਰਲੇ ਪਾਸੇ ਵੀ ਹੈ ਜਦੋਂ ਜਦ ਤੇ ਜਾਰੀ ਹੈ
ਵੀ ਜੋਧੇ ਰਣ ਵਿੱਚ ਜੂਝਦੇ ਬਹੁਦੇ ਤਲਵਾਰਾਂ ਉਸ ਡਾਂਡੇ ਦੇ ਓਏ ਬਾਲ ਓਏ ਸਚਨ ਯਾਰ ਖੁਸ਼ੀ ਮਨਾਈਏ ਜਿੱਤ ਦੀ ਪਹਿਲਾਂ ਹਾਰੋ ਡਰੀਏ ਤੇ ਮੰਦੜੇ ਬੋਲ ਨਾ ਬੋਲੀਏ ਬਈ ਆਓ ਕਰਤਾਰੋਂ ਡਰੀਏ ਮੰਦੜੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਵੱਡਾ ਕਾਪਾ ਮੇਰੇ ਮਿੱਤਰੋ ਧੰਨ ਧੰਨ ਬਾਬਾ ਸੋਹਣ ਸਿੰਘ ਜੀ ਬੁੜੀਆਂ ਗੱਲਾਂ ਕਰਦੀ ਆ ਉਹ ਦੁਨੀਆ ਤੇ ਬੜ ਭਾਗਾ ਬੰਦਾ ਜੀ ਤੇ ਰਹਿਮਤ ਤੁਹਾਡੇ ਦਿਰਦੀ ਹੈ ਬਾਬਾ ਸੋਹਣ ਸਿੰਘ ਜੀ ਦੀ ਯਾਦ ਵਿੱਚ ਵੱਡਾ ਮੇਲਾ ਮੇਰੇ ਮਿੱਤਰੋ ਤਿੰਨ ਜੂਨ ਔਰ ਅੱਜ ਤੇ ਚਾਰ ਇੱਕੀ ਹਜ਼ਾਰ ਦਿੱਤਾ ਜਾਣਾ ਪੰਦਰਾਂ ਹਜ਼ਾਰ ਦੀਆਂ ਗੱਲਾਂ ਹੋਣਗੀਆਂ ਔਰ ਕਹਿੰਦੇ ਜੂਨ 1984 ਦੀਆਂ ਵੀ ਬਾਤਾਂ ਪੈਂਦੀਆਂ ਬੜੇ ਇਤਿਹਾਸਕ ਦਿਨ ਚੱਲ ਰਹੇ ਨੇ ਨਾ ਭੁੱਲਣ ਯੋਗ ਤੇ ਨਾ ਦਸਾਨ ਯੋਗ ਜਿਹੜੇ ਆ ਉਹ ਦਿਨ ਚੱਲ ਰਹੇ ਤੇ ਆਪਾਂ ਨੂੰ ਯਾਦ ਵੀ ਕਰਨੇ ਚਾਹੀਦੇ ਆ ਵੀ ਖੋ ਕੇ ਲੈ ਗਈ ਸਾਡਾ ਜੋ ਸਕੂਨ ਨਹੀਂ ਉਹ ਭੁੱਲਣੀ ਹੈ ਚੰਦਰੀ 84 ਵਾਲੀ ਹੈ ਜੂਨ ਨਹੀਂ ਉਹ ਭੁੱਲਣੀ ਹੈ ਕੀ ਬੱਚੇ ਬੁੱਢੇ ਕੀ ਹੈ ਵਿਆਹੀਆਂ ਕੀ ਕੁਵਾਰੀਆਂ ਲੁੱਟ ਲਈਆਂ ਇੱਜਤਾਂ ਤੇ ਦੌਲਤਾਂ ਦੀ ਸਾਰੀਆਂ ਖੋ ਕੇ ਲੈ ਗਈ ਸਾਡਾ ਜੋ ਸਕੂਨ ਨਹੀਂ ਉਹ ਭੁੱਲਣੀ ਹੈ ਆਹ ਚੰਦਰੀ 84 ਵਾਲੀ ਹੈ ਭੁੱਲਣੀ ਹੈ ਚੰਦਰੀ ਜੂਨ ਨਹੀਂ ਉਹ ਭੁੱਲਣੀ ਹੈ ਲਓ ਸਾਹਮਣੇ ਇੱਧਰ ਸਚਿਨ ਨੇ ਫਿਰ ਕਮਾਲ ਦਾ ਨੰਬਰ ਇੱਕ ਹੋਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਹੈ ਇਹ ਵੀ ਦੱਸ ਹੁਣੇ ਵੀਰ ਕਿੰਨੇ ਕਿੰਨੇ ਪੁਆਇੰਟ ਹੋ ਗਿਆ ਹੈ ਇੱਧਰ ਮਾਜਰੇ ਵਾਲਾ ਮੁੰਡਾ ਕਹਿੰਦੇ ਕਮਾਲ ਕਰੀ ਤੁਰਿਆ ਆਉਂਦਾ ਹੈ ਇੱਕ ਪਾਸੇ ਦੀਪਕ ਰਾਣੇ ਹੋ ਰਹੀ ਹੈ ਉਹ ਕਹਿੰਦੇ ਵੱਡੇ ਖਿਡਾਰੀ ਦੇ ਖੇਡ ਵਾਲੀਬਾਲ ਦੇ ਹੈ ਪਰ ਸ਼ਹਿਬਾਜ਼ ਤੁਰੇ ਵਾਲਿਆ ਉਹ ਤਕੜਾ ਹੋ ਕੇ ਖੇਡੇ ਸੋਹਣਿਆਂ ਵੀਰਾਂ ਤੇ ਗੱਲਾਂ ਸਾਰੀਆਂ ਜਿਹੜੀਆਂ ਪੂਰੀਆਂ ਹੋ ਜਾਣਗੀਆਂ ਨੰਬਰ ਇੱਕ ਹੋਰ ਸਹਾਰਨਪੁਰ ਯੂਪੀ ਦੀ ਟੀਮ ਦੇ ਖਾਤੇ ਵਿੱਚ ਹੈ ਇਹ ਵੀ ਸਰਦਾਰ ਦੱਸੀ ਨੰਬਰ ਕਿੰਨੇ ਹੋ ਗਏ ਵੀਰੇ ਬਿੰਦੀ ਕਿੰਨੇ ਹੋ ਗਏ ਵੱਡੇ ਬਾਈ ਪੰਜ ਇੱਧਰ ਜੀਰੋ ਹਾਲੇ ਖਾਤਾ ਨਹੀਂ ਖੁੱਲਿਆ ਪੰਜ ਤੇ ਜੀਰੋ ਦਾ ਮੁਕਾਬਲਾ ਨੰਬਰ ਛੇਵਾਂ ਜੋੜਨ ਦੇ ਲਈ ਮੁੰਡਿਆਂ ਨੇ ਤਿਆਰੀ ਤੇ ਕੀਤੀ ਹੋਈ ਹੈ ਬੜਾ ਟੌਪ ਦਾ ਮੁਕਾਬਲਾ ਦੋ ਨੰਬਰ ਗਰਾਊਂਡ ਦੇ ਵੀ ਪੁਆਇੰਟ ਕਰਦੇ ਆ ਪਤਾ ਵੀਰੇ ਜਿਹੜੀ ਇਹਨਾਂ ਜਿੱਤ ਗਈ ਚੈਣਿਆਂ ਵਾਲਾ ਖੇਡੂ ਜੱਸੇ ਨਾ ਵੀਰੇ ਸੈਮੀ ਫਾਈਨਲ 8-16 ਸਕੋਰ ਆ ਜੀ 19 ਦਾ ਮੈਚ ਆ ਇਹ 8-16 ਲੈ ਵੀ 8-16 ਨਾ 8-16 19 ਪੁਆਇੰਟਾਂ ਦਾ ਮੈਚ ਆ ਔਰ ਨਾਲ ਹੀ ਮੈਂ ਬੇਨਤੀ ਕਰਦਾ ਵੀਰੇ ਮੈਂਡੀ ਸ਼ਰਮਾ ਕਲੱਬ ਚੈਣਿਆਂ ਦੀ ਟੀਮ ਦੇ ਖਿਡਾਰੀ ਹੈ ਇਸ ਤੋਂ ਬਾਅਦ ਦੋ ਨੰਬਰ ਗਰਾਊਂਡ ਦੇ ਬਿਲਕੁਲ ਲਾਗੇ ਆ ਜੋ ਜੀ ਓਕੇ ਓਕੇ ਵਿਜੇ ਮਲਕ ਵੀਰੇ ਕਹਿ ਰਿਹਾ ਜੀ 5-7 ਮਿੰਟ ਦੇ ਟਾਈਮ ਦੇ ਕੇ ਆਪਾਂ ਮੈਚ ਨਾਲ ਦੀ ਨਾਲ ਸ਼ੁਰੂ ਕਰਾਵਾਂਗੇ ਜੌਂਟੀ ਦੀ ਸਿੰਗਲ ਐਂਡ ਸਮੈਸ਼ 1 ਪਾਉਂਡ ਦੀ ਵਿਜੇ ਮਲਕ ਯੂਕੇ ਵੱਲੋਂ ਔਰ ਨਾਲ ਹੀ ਉਧਰ ਵਿਜੇ ਮਲਕ ਯੂਕੇ ਵੱਲੋਂ ਜੌਂਟੀ ਦੀ 1 ਸਮੈਸ਼ 1 ਪਾਉਂਡ ਦੀ 1 ਪਾਉਂਡ ਦੀ ਹੋਵੇਗੀ ਹੈ ਜੌਂਟੀ ਦੀ 1 ਸਮੈਸ਼ ਜਿਹੜੀ 1 ਪਾਉਂਡ ਦੀ ਹੋਣੀ ਆ ਵੀਰਾਂ ਵੱਲੋਂ ਲੈ ਵੀ ਲਾ ਦੇ ਸਮੈਸ਼ ਜੌਂਟੀ ਆ ਤੇਰੀ 1 ਸਮੈਸ਼ ਦੇ ਵੀਰ ਕਹਿੰਦੇ ਮਾਣ ਜਿਹੜੇ ਆਪਾਂ ਵੱਡੇ ਕਰਾਂਗੇ ਸ਼੍ਰੀ ਸ੍ਰਾਮ ਕੋਲ ਸਚਿਨ ਨੇ ਇੱਕ ਹੋਰ ਤਗੜੀ ਬਾਲ ਲਾ ਦਿੱਤੀ ਵੀਰੇ ਵਾਹ ਬਈ ਵਾਹ ਸਚਿਨ ਨੇ ਕਮਾਲ ਕਰ ਦਿੱਤੀ ਇੱਧਰ ਔਰ ਇੱਧਰਲੇ ਪਾਸੇ ਵੀ ਹੈ ਮੈਨੂੰ ਲੱਗਦਾ ਵੀ ਫਰਕ ਜਿਹੜਾ ਹੌਲੀ ਹੌਲੀ ਕਰਕੇ ਵੱਧਦਾ ਤੁਰਿਆ ਜਾ ਰਿਹਾ ਹੈ ਇੱਕ ਪਾਸੇ ਸੱਤਾ ਹੈ ਸ਼ਹਿਬਾਜ਼ਪੁਰੀਆ ਵੱਡੇ ਤਜਰਬੇ ਵਾਲਾ ਖਿਡਾਰੀ ਹੈ ਔਰ ਬੜੀ ਦਲੇਰੀ ਨਾਲ ਖੇਡਣ ਵਾਲਾ ਖਿਡਾਰੀ ਹੈ ਇਹ ਵੀ ਚੋਬਰ ਨੇ ਬੜੀ ਲੰਬੀ ਪਾਰੀ ਖੇਡੀ ਹੈ ਖੇਡ ਵਾਲੀਬਾਲ ਦੇ ਵਿੱਚ ਸੱਤੇ ਜਿੰਨਾ ਖੇਡ ਵਾਲੀਬਾਲ ਦੇ ਵਿੱਚ ਰਾਜ ਵੀ ਕਿਸੇ ਤੋਂ ਨਹੀਂ ਹੋਣਾ ਇਹ ਵੀ ਲੋਕਾਂ ਦੇ ਸੁਪਨੇ ਰਹਿ ਜਾਣੇ ਆ ਐਡੀ ਐਡੀ ਲੰਬੀ ਪਾਰੀ ਖੇਡਣੀ ਹੈ ਇਹ ਵੀ ਕਿਸੇ ਕਿਸੇ ਹੈ ਉਹ ਮੇਰੇ ਮਿੱਤਰੋ ਭਾਗਾ ਵਾਲੇ ਇਨਸਾਨ ਦੇ ਹਿੱਸੇ ਆਉਂਦਾ ਹੈ ਵੱਡੀ ਕਹਿੰਦੇ ਗੱਲਬਾਤ ਆ ਵੱਡੇ ਰਿਕਾਰਡ ਬੋਲਦੇ ਆ ਆਹ ਸਾਹਮਣੇ ਕਹਿੰਦੇ ਫੇਰ ਮੁੰਡਿਆਂ ਨੇ ਕਮਾਲ ਕਰ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਇੱਕ ਹੋਰ ਜਿਹੜਾ ਸਹਾਰਨਪੁਰ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ ਇਹ ਵੀ ਕਿੰਨੇ ਹੋ ਗਏ 7 ਹੋ ਗਏ ਮੁੰਨੇ 7 ਹੋ ਗਏ ਪੁਆਇੰਟ ਜਿਹੜੇ ਸਹਾਰਨਪੁਰ ਦੀ ਟੀਮ ਦੇ ਇੱਧਰਲੇ ਪਾਸੇ ਹਾਲੇ ਖਾਤਾ ਨਹੀਂ ਖੁੱਲਿਆ ਔਰ ਸਾਹਮਣੇ 8ਵਾਂ ਜੋੜਨ ਦੀ ਮੁੰਡੇ ਪੂਰੀ ਤਿਆਰੀ ਦੇ ਵਿੱਚ ਨੇ ਬੜਾ ਟੌਪ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਧਰ ਨੰਬਰ ਇੱਕ ਹੋਰ ਜੁੜ ਗਿਆ ਮੇਰੇ ਹਿਸਾਬ ਨਾਲ 10-16 ਹੋ ਗਏ ਵੀਰੇ ਤੇੜੇ ਤੇੜੇ ਆਊਗਾ ਜਿਹੜੇ ਜਿਹੜੇ ਦੋ ਨੰਬਰ ਗਰਾਊਂਡ ਦਾ ਮੈਚ ਪਏ ਵੇਂਦੇ ਆ ਵੀਰ ਬਣ ਕੇ ਤਾੜੀਆਂ ਜ਼ੋਰਦਾਰ ਮਾਰ ਦੋ ਦੋਨੋਂ ਟੀਮਾਂ ਦੇ ਲਈ ਹੈ ਜਿੱਤ ਹਾਰ ਇੱਕ ਪਾਸੇ ਆ 10-16 ਹੋ ਗਏ ਬਾਈ ਕਦੇ ਕਮਾਲ ਕਰੀ ਪਈ ਆ ਮੇਰੇ ਮਿੱਤਰੋ ਬੜੀ ਖੇਡ ਭਾਵਨਾ ਦੇ ਨਾਲ ਬੜੀ ਜੀਦਾਰੀ ਦੇ ਨਾਲ ਬੜੀ ਮਿਹਨਤ ਦੇ ਨਾਲ ਮੁੰਡੇ ਅੱਗੇ ਵੱਧ ਰਹੇ ਆ ਸੱਜਣ ਨੇ ਫਿਰ ਸਰਵਿਸ ਕਰ ਦਿੱਤੀ ਹੈ ਆਹ ਪੁਆਇੰਟ ਬੜਾ ਕੀਮਤੀ ਬਣ ਜੂਗਾ
दोनों टीमों के खिलाड़ियों के लिए कौन जोड़ना पॉइंट ये समय ने फैसले करने ने समय जहां बलवान ना भलवान कोई है आखिर बड़िया बड़िया की कण ला देता है हिम्मत करके देख ला जे गल बन जाए अगे बढ़ने लिए कौन किसी को राह दिता तो बाकी दुख के सारे हस के जर जाइए और बेबी रुक तेरा दुख खड़वा जाता समय जहां बलवान जरा बारे क्या टीम के खाते गुरलाल पुछगा नंबर ग्यारह से सोलह की खेड जी खेली जा रही है बारह सोलह बन गया मैच भाई 12-16 हो गए जी तेरह सोलह हो गए सरपंच पंद्रवा कौन जोड़ता जल्दी फड़ला तैयारी है नहीं तो आ मुंडा बड़ा फिट होया फिर कहते राम कोट वाला सोलह बराबर बंद के रुमाल चीज किया सोलह बराबर हो गए बई कोई माड़ी मोटी गल नहीं है जेठो फेर गए तेना ने भी दूसरी साइड तीन एक नंबर ग्राउंड दस जीरो दस हले खाता नहीं खोलिया ठीक है करमवीर फिर ठीक है जे नहीं लुकी तां ਇਹ ਕਰਿਓ ਗੱਲਬਾਤ ਸਾਰੀ ਪੰਚਾਇਤ ਇਧਰਲੀ ਫਾਜ਼ਿਲਕਾ ਵਾਲੀ ਗੱਲ ਸੱਚੇ ਨਾਲ ਸਤਾਰਾਂ ਤੇ ਸੋਲਾਂ ਜੱਸਾ ਤੇ ਪਿਰਥੀ ਨਗਰਾ ਚੇੜਿਆਲ ਜਿਹੜੇ ਵੀਰੇ ਜਿਹੜੀ ਜਿੱਤ ਗਈ ਜੱਸੇ ਨਾਲ ਹੀ ਡਾਕ ਅੜਕਣੀ ਉਹਨਾਂ ਦੀ ਸੈਮੀ ਫਾਈਨਲ ਨੰਬਰ ਕਹਿੰਦੇ 18ਵਾਂ ਤੇ 19ਵਾਂ ਜੋੜਨ ਦੀ ਭਾਲ ਦੇ ਵਿੱਚ वाह भाई वाह ला भी पिंड मैच का सवाल आ रहा एक बार यार जोरदार ताली मार दोनों टीमों के लिए बहुत वड्डी टक्कर हुई है 17-16 हो गए है सज्जन फिर सर्विस करने लिए तैयार बर तैयार है ला भी जोगी वालियो जेड़ा पहला वाला लग्या होया जोर कितने जाई ना जाए आ मैच हुण इत्थों जित्ते पंजाब वाले
सेंटर दे विच ते आया है कि लोग जरा कह भी आया सी पंजाब वाला सुधीर भी सेंटर च है पर गल ओ तो बनी नहीं है। और जोड़ नंबर सोनिया वीरा पेंदे आ पड़ाके खेड़दे आ काके जिहड़ी टीम जित गई है और टीम ने मेरे मित्रों के भिड़ना अगे मुंडे खड़े आ चैन वाली है कहिंदे आ जाओ लंघोगे किहड़े पासों दी है अज देवांगे कल्ले कल्ले नूं बाजरा मड़के आ और फेटा पूरे इधरले पासे और चौंटी बाला कहिंदे लाउण नूं फिरदा आ पॉइंट बड़ा कीमती बण जू काला 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 लोकी कहिंदे काला काला मैं ते टोलिया मड़के फुल रे गुलाब दे और आ जा नदी दे विच तड़के फुल वे गुलाब दे लाओ सामने उधर ओ बल्ले 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 स्वाद वजिया पिया मित्रा मेला भर जो बन दे उते है लाओ सामने लास्ट क्वार्टर और एक सामने नंबर मुंडे ओए विकास बारे का लास्ट नंबर आ गया बारे का दरबरी क्लब का लास्ट नंबर सोलह के चके जाम करते बई बारे गलिया ने जोगी वालिया कागज भी खुद नहीं फटदा लिख लिख के उस फाड़ना पैंदा है जे जिंदगी विच कुछ करना जिहड़ी जिंदगी अगे जसा मारदा थापियां कारा दे जोटी जोटी दे कारा बल्ले 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 ओए होए 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 हर दो पासे अज मैं सजन बारा फिट होया फिरदा नंबर एक दी खेड बाकी है ओए बल्ले 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 जोटी पई वालिया जोटी जोटी सोलह अठारह चे दयाल हो माजरे वाल ने कई बाला ला दतिया ने इधर सोलह से अठारह हले का बड़ा को पिया मैच बी जवानी आउंदी आ पेंदे दिसण पड़ाके भी जदों जवानी आउंदी आ चोटी आ बाला कहिंदे सुधीर ते लाउण नूं फिरदा पर कल्ले कल्ले नूं समझाता सुधीर ने भी जिहड़ा इत्थों गलती कर गया ना ओए होए होए ओनूं तोड़ के तोड़ के तोड़ के तोड़ के आ गया फेर आ शुरू ते ट्राई ते कीती आ ओ लोको मारा माड़ा मोटा रौला रप्पा सुधीर सतारा अठारा सुधीर पाकिस्तान के बॉर्डर के लागे करके पिंड है जोगी सामने सतारा ते अठारा की टक्कर है सतारा ते अठारा की टक्कर अर्श गिल कनेडा वालों जो सुधीर मैच जित गया छे फुटा कप मुल्तानिया दे टूरनामेंट और नाल ही अर्श गिल कनेडा वीर साडा मुल्तानिया वाला कहिंदा वी जे सुधीर इत्थों मैच जित्ते ते सुधीर दा सन्मान छे फुट कप नाल कीता जावेगा सतारा बहुत स्वागत है जी अर्श गिल कनेडा मुल्तानिया जी मैदान च इधर किन्ने किन्ने हो गए वीर जी मुन्ना जी सतारा अठारह हो गए बरे लावी सतारा अठारह हो गए सतारा अठारह फिर उन्नी दी गेम है जी लावी सतारा अठारह ना सतारा पे अठारह जित हार जोड़ी एक पासे पर मैच मुंडे बड़ा तगड़ा दिखा रहे हैं हाले भी कुछ नहीं पता भी की बनना भी हाले तो तीर कमान दे विच ओए सुधीर सुधीर
दो नंबर जोड़ गया लास्ट नंबर दोनों टीम का मैनू लगता जे मैच वधूगा यार लास्ट कहती है वधूगा मैच ਮੈਂਡੀ ਸ਼ਰਮਾ ਕਲਬ ਚੈਣਿਆਲ ਦੀ ਟੀਮ ਦੇ ਖਿਡਾਰੀ ਆ ਜਲਦੀ ਦੇ ਨਾਲ ਉਹ ਗਰਾਊਂਡ ਨੰਬਰ 2 ਦੇ ਬਿਲਕੁਲ ਲਾਗੇ ਆ ਜਾਣਗੇ ਮੈਂਡੀ ਸ਼ਰਮਾ ਕਲਬ ਦੇ ਖਿਡਾਰੀਆਂ ਨੂੰ ਉਹ ਕਿਰਪਾ ਕਰਕੇ ਲਾਗੇ ਆ ਜਾਣ ਉਹਨਾਂ ਦਾ ਮੈਚ ਜੇਤੂ ਟੀਮ ਦੇ ਨਾਲ ਖੇਡਿਆ ਜਾਵੇਗਾ ਨੰਬਰ ਜਿਹੜਾ ਲਾਸਟ ਬਾਕੀ ਆ ਨੱਥੋਕਾ ਦੀ ਧਰਤੀ ਆ ਔਰ ਸਾਹਮਣੇ ਪੁਆਇੰਟ ਹੋਣਾ ਅਗਲਾ ਆਪਾਂ ਸਵਾਦ ਹੀ ਲੈਣਾ ਬਣੋਦ ਮੁੰਡਾ ਬੜੇ ਫਿੱਟ ਜੇ ਸਰੀਰ ਦਾ ਮਾਲਕ ਆ ਲਾਸਟ ਪੁਆਇੰਟ ਆ ਵੀ ਜਿੱਤਾ ਹਾਰਾ ਮੇਰਾ ਫੈਸਲਾ ਅਧੂਰੇ ਰਹਿਣਗੇ ਤਕੜਾ ਮੈਚ ਮੇਰੇ ਮਿੱਤਰੋ ਭੜਾਕੇ ਪੂਰੇ ਪੈਣਗੇ ਕਦੇ ਮਾਰਦੇ ਨਹੀਂ ਡੰਡ ਡੰਡੋਏ ਜਾਂ ਮੜੱਪ ਬਈ ਆ ਨਿੱਤਰ ਨਾਗਾ ਚੋਂ ਖੜੱਪੇ ਸੱਪ ਬਈ ਆ ਲੰਗਿਆਣਾ ਵਾਲਾ ਜਿਹੜਾ ਸੱਚ ਕਹਿ ਗਿਆ ਅੱਜ ਵੇਖਾਂਗੇ ਨੱਥੋਕਾ ਨੂੰ ਕੱਪ ਜਿੱਤ इक्कीआं दे कर दो कहिंदे ये बीबी दे चेंज होगी फेर नहीं फड़ना हुण ध्यान कर लियो दोनों टीमां दे खिलाड़ी है 18-18 हो गए वीरे जे 20-20 हो गए वीरे फेर नहीं वीरे फड़ना मैच फिर 21 जिहड़ा कर गया दे कर गया बोलर साहब इधर मुन्ना की स्कोर ने बड़ा चोटी दा मैच है दोनों टीमां बड़ियां तगड़ियां ने पर किते ना किते थोड़ी तालमेल दी ठीक है प्रिंस भाई शहबाजपुरे वालिया फड़ ला तैयारी है हुण ते बाला अन्ने बाह लौणियां पैण गियां वेखा किथे जे खड़े दीपक होणी है सचिन वर्गे ठीक है मेरे वीरे मित्रो बड़ा दिमागी खिलाड़ी है जिन्हें हुण नंबर उसे पासे लग जाइए देण विकास का बारे का पिंड आ मुंडा 18 जी इलाके तो चल के आया विकास बारे के लास्ट नंबर बारे का जी बहुत आउट बाल ही चक गया मुंडा नंबर आ गया जी 18 हो गया ना 18 ਫਤੀਹਾ ਇਹ ਨਵਾਂ ਨਾ ਇਹ ਬਾਈ ਯਾਰ ਜਿਹੜੇ ਜਿਹੜੇ ਜੋਗੀਵਾਲ ਦੀ ਸਪੋਰਟ ਨੇ ਇੱਕ ਵਾਰੀ ਤਾਰੀ ਤੋੜੀ ਦਾ ਮਾਰ ਦੋ ਮੁੰਡਿਆਂ ਦੇ ਲਈ ਯਾਰ 20-18 ਇੱਥੋਂ ਵੀ ਚੇਂਜ ਕਰਕੇ ਮੈਂ ਜਿੱਤਿਆ ਜਾ ਸਕਦਾ ਰਾਮਕੋਟ ਵਾਲਿਆ ਉਹ ਭਿਆਲਾ ਬਾਬੇ ਪੀਰ ਪੈਗੰਬਰ ਜਿੰਨੇ ਦੇਵੀ ਦੇਵਤੇ ਸੋਹਣਿਆਂ ਦੀਰਾ ਤੇ ਹੋ ਸਕਦਾ ਕੋਈ ਕੰਮ ਤੇਰਾ ਲੋਟ ਆ ਜੇ ਨੰਬਰ ਲਾਸਟ ਉਧਰਲੇ ਪਾਸੇ ਤੇ ਬਾਬਾ ਕਹਿੰਦੇ ਉਹਨਾਂ ਨੂੰ ਲੱਭ ਗਿਆ ਆਹ ਪੁਆਇੰਟ ਬੜਾ ਕੀਮਤੀ ਹੋਊਗਾ ਦੋਨੋਂ ਟੀਮਾਂ ਦੇ ਲਈ ਇਧਰਲੇ ਪਾਸੇ ਬਈ ਯਾਰ ਯਾਰ ਨੰਬਰ ਤਾਂ ਕੋਈ ਜੋੜਿਆ ਨੀ ਹਾਲੇ ਤੱਕ ਇਹ ਮੈਂ ਨੀ ਇਹਦੇ ਲੋਕੀ ਗੱਲਾਂ ਕਰਦੇ ਆ ਵੀ ਬਈ ਯਾਰ ਇਹਨੇ ਪੁਆਇੰਟ ਨੀ ਅੱਜ ਕੋਈ ਜੋੜਿਆ ਸੱਜਣ ਸ਼ਤੀਰ ਵਾਲੀ ਪਿੰਡ ਦਾ जित चुकी दिलप्रीत गिल कनेडा बारे का टीम जित गई बारे का ਜੌਂਟੀ ਤੇ ਸਚਿਨ ਦੀ ਟੱਕਰ ਜੱਸੇ ਤੇ ਪਿਰਥੀ ਨਾਲ ਹੁਣ ਪੈਣਗੇ ਪਟਾਕੇ ਵੀਰੇ ਜੱਸੇ ਤੇ ਪਿਰਥੀ ਟੱਕਰ ਜੌਂਟੀ ਤੇ ਸਚਿਨ ਨਾਲ ਉਹਨਾਂ ਨੇ ਦੇਖੋ ਉਹ ਮੈਚ ਵੀਰੇ ਜਿੰਨਾ ਚਿਰ ਇਹ ਮੈਚ ਨਹੀਂ ਚੱਲਦਾ ਜੀ ਸਹਾਰਨਪੁਰ ਤੇ ਬੁਰਜ ਭਲਾਈ ਦਾ ਮੈਚ ਜੀ ਸਚਿਨ ਨੇ ਐਨ ਐਂਡ ਗੱਲਬਾਤ ਕਰਤਾ ਕੰਮ ਬਾਈ ਜੱਸੇ ਨਾਲ ਟੱਕਰ ਹੋਣੀ ਹੁਣ ਜੌਂਟੀ ਤੇ ਸਚਿਨ ਦੀ 5 ਮਿੰਟਾਂ ਦੀ ਬ੍ਰੇਕ ਹੋਣੀ ਹੈ ਮੈਚ ਦੀ 10 ਮਿੰਟਾਂ ਦੀ ਬ੍ਰੇਕ ਹੈ 10 ਮਿੰਟਾਂ ਤੋਂ ਬਾਅਦ ਵੀਰੇ ਆਪ ਹੀ ਆ ਜਾਣਗੇ ਮੁੰਡੇ ਮੈਂਡੀ ਸ਼ਰਮਾ ਕਲਬ ਚੈਣਿਆਲ ਦੀ ਟੀਮ ਦੇ ਨਾਲ ਜਿਹੜਾ ਉਧਰੋਂ ਸਹਾਰਨਪੁਰ ਯੂਪੀ ਦੀ ਲੀਡ ਆ ਛੋਟੂ ਮਾਜਰੇ ਦੀ ਵੀਰੇ ਨਹੀਂ ਤਾਂ ਕੋਲੇ ਜਾ ਕੇ ਮੈਚ ਦਿਖਾਉਂਦੇ ਜ਼ਰੂਰ ਕਾਫੀ ਲੀਡ ਆ ਵੀਰੇ ਛੋਟੂ ਮਾਜਰੇ ਦੀ ਬਣ ਸਰ ਸ਼ਹਿਬਾਜਪੁਰੀਆ ਸੱਦਾ ਲੱਭਾ ਮਾਰ ਖੇੜੇ ਵਾਲਾ ਇੱਕ ਪਾਸੇ ਵਕੀਲ ਹੋ